ਲਈ ਸਭ ਨਾ ਠੋਕਣੇ ਆ ਤਿੰਨ ਚਾਰ ਨੀ ਮੈਂ ਆਪਣੀ ਲੇਖ ਚ ਪਾਣੇ ਲੱਗੇ ਥੋੜਾ ਟਾਈਮ ਸੁੱਟ ਲੈਣਗੇ ਯਾਰ ਨੂੰ ਪਾਰੀ ਬੈਗਰ ਬੈਨ ਕੈਂਠੇ ਮੋਤੀਆਂ ਦੇ ਖੱਚਰਾਂ ਤੇ ਜੱਚਦੇ। ਹਾਂਜੀ ਦੋਸਤੋ, ਕੀ ਹਾਲ ਚਾਲ, ਉਮੀਦ ਕਰਦਾ ਸਾਰੇ ਜਣੇ ਤੁਸੀਂ ਘੈਂਟ ਹੋਗੇ ਤੇ ਮੈਂ ਤੁਹਾਡਾ ਆਪਣਾ ਤਾਲੀਵਾਲ। ਤੁਸੀਂ ਦੇਖ ਰਹੇ ਹੋ ਤਾਲੀਵਾਲ ਗੇਮਿੰਗ ਤੇ ਬਾਈ ਜੀ ਆ ਗਏ ਅੱਜ ਆਪਾਂ ਇੱਕ ਹੋਰ ਘੈਂਟ ਜੀ ਵੀਡੀਓ ਲੈ ਕੇ ਤੁਹਾਡੇ ਲਈ। ਤੇ ਜਿਨ੍ਹਾਂ ਬਾਈਆਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ। ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਮਿਲਣਾ ਤੁਹਾਨੂੰ ਲਿੰਕ ਤੇ, ਲਿੰਕ ਤੇ ਲੱਗਾ ਹੋਣਾ ਪਾਸਵਰਡ। ਤੇ ਉਹ ਪਾਸਵਰਡ ਜੇ ਤੁਹਾਨੂੰ ਚਾਹੀਦਾ ਤਾਂ ਤੁਸੀਂ ਸਾਰੀ ਵੀਡੀਓ ਨੂੰ ਜ਼ਰੂਰ ਦੇਖੋ, ਆਈ ਬਟਨ ਦੇ ਵਿੱਚ ਪਾਸਵਰਡ ਹੁੰਦਾ ਆਪਣਾ। ਤੇ ਜੇ ਫਿਰ ਵੀ ਨਹੀਂ ਲੱਭਦਾ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਵੀਡੀਓ ਹੋਊਗੀ ਹਾਊ ਟੂ ਫਾਈਂਡ ਏ ਆਈ ਬਟਨ, ਤਾਂ ਉਹ ਤੁਸੀਂ ਲੱਭ ਕੇ ਉਹਦੇ ਵਿੱਚ ਸਾਰੀ ਵੀਡੀਓ ਤਿਆਰ ਦੇਖੋ ਦੱਬ ਲਿਓ, ਠੀਕ ਹੈ। ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਲਾਈਕ ਕਰ ਲਓ, ਸ਼ੇਅਰ ਕਰ ਦਿਓ ਬਾਈ। ਅਤੇ ਜਿੱਦਣ ਟਾਈਮ ਮਿਲੂ ਆਪਾਂ ਮਲਟੀਪਲੇਅਰ ਵੀ ਤੁਹਾਡੇ ਨਾਲ ਜ਼ਰੂਰ ਖੇਡਾਂਗੇ। ਅਤੇ ਚਲੋ ਹੁਣ ਆਪਾਂ ਚੱਲਦੇ ਹਾਂ ਗੇਮ ਦੇ ਵਿੱਚ, ਤੁਹਾਨੂੰ ਟਰੈਕਟਰ ਦਿਖਾਉਂਦੇ ਹਾਂ ਸਿੱਧਾ ਹੀ, ਠੀਕ ਹੈ। ਅਤੇ ਲੋ ਆ ਗਏ ਬਾਈ ਮੁੰਡੇ ਗੇਮ ਦੇ ਵਿੱਚ। ਅਤੇ ਬਾਈ ਜਿਹੜਾ ਟਰੈਕਟਰ ਹੈ ਕਹਿੰਦੇ ਵੀ ਤਾਂ ਲਿੰਕ ਦੇਣਾ ਬਾਈ, ਆਹ ਚੈੱਕ ਕਰੋ ਤੁਸੀਂ। ਸਭ ਤੋਂ ਪਹਿਲਾਂ ਤੁਸੀਂ ਟਰੈਕਟਰ ਦੀ ਲੁੱਕ ਚੈੱਕ ਕਰੋ ਯਾਰ, ਠੀਕ ਹੈ। ਅਤੇ ਬੰਪਰ ਮੂਹਰੇ ਆਪਾਂ ਵੇਟ ਲਾਇਆ ਬਾਈ, ਪੂਰਾ ਹੈਵੀ ਵੇਟ ਆ ਟਰੈਕਟਰ, ਟਸ ਤੋਂ ਮਸ ਹੋ ਸਕਦਾ ਕਈ ਵਾਰ, ਇਹ ਹਲਕਾ ਹੀ ਹੁੰਦਾ। ਚਲੋ ਅਤੇ ਲਓ ਵੀ ਮੁੰਡੇ ਕਰੀਏ ਸਟਾਰਟ। ਅਤੇ 4x4 ਬਾਈ, ਜੇ ਇਹ 'ਚ ਕੋਈ ਮਾੜੀ ਮੋਟੀ ਕਮੀ ਹੋਈ ਅਸੀਂ ਦੂਰ ਕਰਾਂਗੇ, ਠੀਕ ਹੈ। ਅਤੇ ਇਹ ਟਰੈਕਟਰ ਬਾਈ ਅੱਜ ਤੁਹਾਨੂੰ ਲਿੰਕ ਦੇਣਾ। ਅਤੇ ਅੱਜ ਆਪਾਂ ਜਾਣਾ ਕਿੱਥੇ, ਅਤੇ ਪਿਛਲੀ ਵੀਡੀਓ ਤੁਹਾਨੂੰ ਦੱਸਿਆ ਸੀ ਕਰਨਾ ਕਿਸੇ ਨਾਲ ਆਪਾਂ, ਅਤੇ ਅੱਜ ਨੂੰ ਉਹ ਵੀ ਦੱਸਦੇ ਹਾਂ ਬਾਈ। ਅੱਜ ਆਪਾਂ ਚੱਲਦੇ ਹਾਂ ਪਹਿਲਾਂ ਆਪਣੇ ਗਾਉਂਗਾਂ ਦੇ ਫਾਰਮ, ਜਿਹੜੇ ਕਿਤੇ ਲੈ ਕੇ ਨਹੀਂ ਗਏ ਪਰ ਤੁਸੀਂ ਬਣਾਇਆ ਹੋਇਆ, ਅੱਜ ਆਪਾਂ ਉੱਥੇ ਚੱਲਦੇ ਹਾਂ। ਉੱਥੇ ਥੋੜ੍ਹਾ ਜਿਹਾ ਆਪਾਂ ਨੂੰ ਕੰਮ ਧੰਦਾ ਬਾਈ, ਅਤੇ ਉੱਥੋਂ ਸਮਾਨ ਚੱਕਣਾ। ਇਹ ਕਦੇ ਵੀ ਨਹੀਂ ਖੋਲਦੇ ਆਪਾਂ ਨੂੰ, ਪਤਾ ਨਹੀਂ ਆਪਾਂ ਇਹਨਾਂ ਨੂੰ ਇੱਧਰ ਦੀ ਚੱਲਦੇ ਹਾਂ। ਟਰੈਕਟਰ ਦੀ ਆਵਾਜ਼ ਚੈੱਕ ਕਰੋ ਇਹ, ਇੱਧਰ ਨਾ ਡਿੱਗ ਪਈ ਇਹ। ਲਓ ਜੀ ਆਪਾਂ ਬਾਈ ਆਪ ਇੱਥੋਂ ਦੀ ਐਂ ਦੀ ਚੱਲਦੇ ਹਾਂ, ਇਹ ਵੀ ਆਪਣਾ ਹੀ ਆ। ਅਤੇ ਇੱਥੇ ਬਾਈ ਸਾਰੇ ਕਿਤੇ ਆਹ ਝੋਨਾ ਝੂਨਾ ਹਜੇ ਲਾਉਣ ਵਾਲਾ ਪਿਆ, ਅਤੇ ਆਹ ਤਾਂ ਆਪਾਂ ਝਿੰਜਣ ਜਿਹਾ ਬੀਜ ਰੱਖਿਆ, ਅਤੇ ਇਹ ਵਿੱਚੀ ਵਾਹ ਵੂ ਦਿਆਂਗੇ ਕਿਸੇ ਦਿਨ ਹੁਣ ਟਾਈਮ। ਅਤੇ ਲਓ ਪਹੁੰਚ ਗਏ ਬਾਈ ਆਪਾਂ, ਅਤੇ ਜਾਣਾ ਕਿੱਧਰ ਦੀ ਪੈਣਾ ਉਹ ਵੀ ਤੁਹਾਨੂੰ ਦੱਸਦੇ, ਮਤਲਬ ਪਰਲੇ ਪਾਸੇ ਦੀ ਰਾਹ ਆਪਾਂ ਨੂੰ ਕਰਨਾ ਪੈਣਾ ਜਾਂ ਆਪਾਂ ਸਿੱਧਾ ਇੱਥੋਂ ਉਤਾਰ ਲਾਂਗੇ ਦੇਖਦੇ ਹਾਂ। ਅਤੇ ਪਹਿਲਾਂ ਟਰਾਲੀ ਬੈਗ ਲਾ ਲਏ ਕਿਤੇ ਬਾਈ, ਪਹਿਲਾਂ ਤਾਂ ਬਹੁਤ ਛੋਟਾ ਸੀਗਾ ਜਿਹੜਾ ਹੋਲੈਂਡ ਦੇ ਮਾਗਸ ਦਿਖਾਉਣਾ ਕੀ ਚੀਜ਼ ਆ ਉਹ, ਉਹ ਲੈ ਕੇ ਆਏ ਸੀ ਨਾ, ਅਤੇ ਫਿਰ ਉਹ ਗੱਲ ਜੀ ਨਹੀਂ ਬਣੀ, ਤਾਂ ਫਿਰ ਦੇਖਦੇ ਹਾਂ ਇਹਨੂੰ। ਇੱਥੇ ਬਾਈ ਆਪਾਂ ਤੁਹਾਨੂੰ ਗਾਈਆਂ ਦਿਖਾਉਂਦੇ ਹਾਂ, ਇਹ ਆਪਣਾ ਗਾਈਆਂ ਦਾ ਫਾਰਮ ਹੈ, ਅਤੇ ਆਪਾਂ ਰੱਖੀ ਹੈ 150-200 ਗਾਂ। ਚੱਲ 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 ਬੈਗ, ਚੱਲ ਬਈ ਚੱਲ 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 ਬੈਗ, ਜਾਂਦੇ 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 ਕਹਿੰਦੇ ਟਰਾਲੀ ਸਹੀ ਲੱਗ ਗਈ, ਮੁੜ ਕੇ ਨਾ ਇੱਥੇ ਟੋਆ ਜਾ ਯਾਰ ਕਿਤੇ ਉਹਦੇ 'ਚ ਅੜੀ ਜਾਣੀ। ਆਹ ਲਾ ਲਈ ਵੀ ਟਰਾਲੀ, ਆਪਾਂ ਤੁਹਾਨੂੰ ਦਿਖਾਉਂਦੇ ਹਾਂ ਵੀ ਪਹਿਲਾਂ ਆਪਾਂ ਲੈ ਕੇ ਆਏ ਸੀ ਆਹ, ਠੀਕ ਹੈ। ਇਹ ਆਪਣੇ ਕੋਲ ਜਿਹੜਾ ਅੰਦਰ ਮਤਲਬ ਉਹ ਕਰਦੀਆਂ ਗਾਈਆਂ, ਆਪਾਂ ਉਹ ਇਹਦੇ ਨਾਲ ਇਕੱਠਾ ਇਕੱਠਾ ਕਰਕੇ ਇੱਥੇ ਲਾ ਲੈਂਦੇ ਹਾਂ ਬਈ। ਆਹ ਵੱਡੀ ਮਸ਼ੀਨ ਫਿਰ ਸਾਨੂੰ ਮੰਗਵਾਉਣੀ ਪੈਗੀ, ਕਿਉਂਕਿ ਛੋਟੀ ਦਾ ਸਰਨਾ ਨਹੀਂ ਸੀ ਨਾ, ਠੀਕ ਹੈ। ਲਓ ਜੀ ਮਾਰੀਏ ਸੈਲਫ, ਓਏ ਹੋਏ ਹੋਏ, ਅਤੇ ਲਓ ਵੀ ਚੋਬਰੋ ਜਿਹੜਾ ਭਰੇ ਫਿਰ ਹੈ ਮਾੜਾ ਮੋਟਾ ਇਹਦੇ ਕੰਟਰੋਲ ਕੰਟਰੋਲ ਬਾਈ, ਆਪਾਂ ਨੂੰ ਹਜੇ ਚਲਾਉਣੀ ਘੱਟ ਆਉਂਦੀ। ਆਹ
ਹੌਲੀ ਹੌਲੀ ਪਤਾ ਲੱਗਣੀ। ਚੱਲ ਓਏ ਤੇ ਲਓ ਜੀ ਨਹੀਂ 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 ਖਾਲੀ ਇੱਥੇ ਨਹੀਂ ਹੋਣਾ ਬਈ, ਪਿਆਰ ਨਾਲ ਚਲਾਉਣੀ ਪੈਣੀ ਇਹ ਗੇਅਰ ਗੂਰ ਦੇ ਨਾਲ ਦੀ ਨਾਲ ਸ਼ਿਫਟ ਕਰਦੇ ਰਹਿਣਾ ਪੈਣਾ ਆਪਾਂ ਨੂੰ। ਚੱਲ 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 ਕੋਈ ਹੋਰ ਬਈ, ਟਰਾਲੀ ਜਿੱਡੀ ਤਾਂ ਆਹ ਬਕਟ ਹੀ ਹੈ ਇਹਦੀ, ਇਹ ਮੰਗਾਈ ਆਪਾਂ ਬਾਹਰੋਂ। ਇਹਦੇ ਕੰਟਰੋਲ ਕੰਟਰੋਲ ਥੋੜ੍ਹੇ ਜਿਹੇ ਸੈੱਟ ਇੱਕ ਦੋ ਵਾਰੀ ਸਿੱਖਣੇ ਪੈਣੇ, ਫਿਰ ਆਪਾਂ ਨੂੰ ਆ ਜਾਣੇ ਬਈ। ਚੱਲ 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 ਸਿੱਖ ਗਏ ਸਿੱਖ ਗਏ ਜੇ ਸੀ ਤੁਹਾਡੀ ਹੋ ਗਿਆ ਸੀ ਕੰਮ ਨਹੀਂ ਬੈਕ ਕਰ ਥੋੜ੍ਹੀ ਜਿਹੀ ਤਰੀਕੇ ਨਾਲ ਚਲਾਉਣੀ ਪੈਣੀ ਆਪਣੇ, ਇਹ ਬੱਸ ਦੀ ਬਾਤ ਗੱਲ ਨਹੀਂ ਹੈ। ਚੀ ਧਾਕੜਾ ਬਾਈ ਬੰਦੇ 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 ਮਿਲਦੇ ਆ ਬਈ, ਇਸਨੂੰ ਭਰ ਕੇ ਟਰਾਲੀ ਇਹਨੂੰ ਲਾ ਦੇਈਏ ਇੱਥੇ ਬਾਈ, ਟਰਾਲੀ ਗਈ ਆਪਣੀ ਭਰ, ਤੇ ਹੁਣ ਪਤਾ ਲੱਗੂ ਕਹਿੰਦੇ ਆਪਣੇ ਟਰੈਕਟਰ ਦੇ ਜੋੜ ਦਾ ਬਾਈ। ਠੀਕ ਹੈ ਜੁਗਾੜ ਜਗੂੜ ਲਾ ਕੇ ਭਰ ਲਈ ਆਪਾਂ, ਚੱਕਰ ਪੈ ਗਿਆ ਹੋ ਗਿਆ। ਚੱਲ
ਟਰੈਕਟਰ ਵੀ ਕੀ ਕਰੇ, ਟਰਾਲੀ ਭਰੀ ਭਾਲੀ ਯਾਰ, ਇੱਕ ਤਾਂ ਤੁਹਾਨੂੰ ਰੂੜੀ ਦੀ ਰੇਹ ਕਿਹੜਾ ਗਲਤੀ ਹੁੰਦੀ, ਆਈਡੀਆ ਜਾਂਦਾ ਹੋਊਗੀ ਹੈ ਫੇਰ ਉਹੀ ਗੱਲ। ਜਮੇ ਯਾਰ ਬਹਿ ਗਿਆ ਟਰੈਕਟਰ ਹੈ, ਰੇ ਆਪਾਂ ਪਾ ਦੀ ਬੈਕ ਚੜਾ ਕੇ ਦੇਖਦੇ ਫਿਰ ਹੋਰ ਕੀ ਆਈ ਹੈ। ਮੁੰਡੇ ਪਰ ਲੈ ਜਾਊ ਕਿ ਨਹੀਂ, ਵਜੇ ਵਜੇ ਤੱਕ ਧੱਕਾ ਹੋ ਗਿਆ ਵੀਰੇ, ਫਿਰ ਇੱਦਾਂ ਤਾਂ ਨਹੀਂ ਲੋਟ ਆਉਣਾ। ਟਰਾਲੀ ਭਰਲੀ ਪਾਲੀ ਤੇ ਕੰਮ ਹੋ ਗਿਆ ਕਹਿੰਦੇ ਕੋਲੋਂ, ਕੀਤਾ ਕੀ ਜਾਵੇ ਹੁਣ।
ਮੈਨੂੰ ਆਪ ਨੂੰ ਨਹੀਂ ਸਮਝ ਆ ਰਹੀ, ਕਹਿੰਦੇ ਬਈ ਔਖਾ ਹੋਇਆ ਪਿਆ ਕੰਮ, ਇੰਨਾ ਪੈਸਾ ਲਾ ਕੇ ਟਰੈਕਟਰ ਲਿਆਂਦਾ ਹੋਰ, ਮੈਂ ਤਰੀਕਾ ਵੱਧ ਦਾ ਇਹਦੀ ਬਣਾ ਕੇ ਲਵੇ ਸਪੀਡ, ਠੀਕ ਹੈ ਕਰਕੇ ਲਿਆਉਣਾ ਜੇ ਗੱਲ ਬਣ ਜੇ, ਬਟ ਮੈਨੂੰ ਲੱਗਦੀ ਨਹੀਂ ਬਣੂ, ਬਹੁਤ ਹੈਵੀ ਟਰਾਲੀ ਹੈ ਯਾਰ, ਬਹੁਤ ਜ਼ਿਆਦਾ ਹੈਵੀ। ਚੜਾਈ ਨਾ ਹੋਵੇ ਤਾਂ ਕਰਕੇ ਨਾ, ਕੀ ਕਹਿੰਦੇ ਲੈ ਕੇ ਜਾਓਗੇ? ਨਹੀਂ ਮੈਨੂੰ ਹਜੇ ਵੀ ਇਹ ਕੰਡ ਵੀ ਲੱਗਦਾ ਕੰਮ ਤੇ, ਇਹਨਾਂ ਨੂੰ ਨਾ ਕਰਦੇ ਬੱਲੇ 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 ਬੱਲੇ, ਚੱਲ 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 ਕੰਮ ਹੋ ਗਿਆ ਬਈ ਔਖਾ। ਹੁਣ ਇੱਕੋ ਹੀ ਕੰਮ ਹੈ, ਟਰਾਲੀ ਨੂੰ ਇੱਥੇ ਕੱਢੋ, ਅੱਗੇ ਵੀ ਤੂੰ ਭਾਈ ਇੱਥੇ ਖੜ ਲਓ ਵੀ, ਕਹਿੰਦੇ 4x4 ਅਤੇ 2-wheel drive ਦਾ ਹੁਣ ਅੱਜ ਪਤਾ ਲੱਗ ਜੂ ਵੀ ਤਾਕੜਾ ਕਿਹੜਾ ਹੈ। ਲੈ ਵੀ ਬਣਾ ਲਈਏ ਚੱਕਰ ਜੇ, ਫਿਰ ਚੱਲ 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 ਚੱਲ, ਓਏ ਹੋਏ ਹੋਏ, ਉਹ ਬੱਲੇ ਬੱਲੇ ਬਾਈ, ਤਾੜੀਆਂ ਕਹਿੰਦੇ ਤਾੜੀਆਂ ਲਾ ਦਿਓ ਬਾਈ, 36-30 ਦੇ ਨਾਲ ਹੀ ਆ ਟਰੈਕਟਰ ਬਾਈ, ਬੰਬ ਹੀ ਹੈ ਟਰਾਲੀ, ਵਿਦੰਦਰ ਨੇ ਪੱਟ ਕੇ ਵਗਾ ਕੇ ਮਰੀ। ਕਹਿੰਦੇ ਆ ਬਾਈ ਫਰਕ 4x4 ਦਾ, ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਪਿਛਲਾ ਟਾਇਰ ਜ਼ਿਆਦਾ ਜ਼ੋਰ ਮਾਰਦੇ 4x4 ਨਾਲ ਦੂਜੇ 'ਤੇ, ਹੈ ਨਾ, ਤਾਂ ਵੀ 36-30 ਦੇ ਨਾਂ ਨੂੰ ਕਹਿੰਦੇ ਮੰਨ ਗਏ ਬਾਈ, 36-30 ਹੈ ਅਤੇ ਚਲੋ ਹੁਣ ਆਪਾਂ ਖੇਤ ਚੱਲ ਗਏ ਯਾਰ, ਆਹ ਟਰਾਇਲ ਤਾਂ ਲਾਈਏ, ਬਾਕੀ ਫਿਰ ਅਸੀਂ ਇਕੱਲੇ ਹੌਲੀ ਹੌਲੀ ਕਰ ਲਾਂਗੇ।
ਚੱਲ ਭਾਈ ਹੁਣ ਹਜੇ ਵੀ ਭਾਈ ਮੈਂ ਲਾਇਆ ਹੈ ਹੀ ਕਹਿੰਦੇ ਹੋ ਸ਼ੁਕਰ ਦਾ ਤਿਆ ਸ਼ੁਕਰ ਦਾ ਤੇ ਕਹਿ ਕੇ ਬਾਈ ਆਪਣਾ ਕੰਮ ਸਰਿਆ ਬਹੁਤ ਔਖਾ ਕੀਤਾ ਕਹਿੰਦੇ ਵੀ ਟਰੈਕਟਰ ਨੇ ਸਾਡੀ ਰੂੜੀ ਵੀ ਰਹੇ ਅੱਜ ਤਾਂਗੀ ਕਰ ਬੈਠੇ ਆ ਟਾਪ ਗੇਅਰ ਜਾਂਦਾ ਉਹ ਕਰਦਾ ਚੱਕਰ ਤੋੜਦਾ ਕਹਿੰਦੇ ਮੇਰੇ ਵੀਰੇ ਦੇਖੋ ਵੀ
ਛੋਟਾ ਕਰ ਲਈ ਕਿਉਂਕਿ ਫਿਰ ਥੋੜ੍ਹੀ ਥੋੜ੍ਹੀ ਲਾਉਣੀ ਪੈਣੀ ਨਾ ਬਾਈ ਲਾ ਕੇ ਹਟਾਂਗੇ ਠੀਕ ਹੈ ਨਹੀਂ ਹਟਦੇ ਨਹੀਂ ਹਟਦੇ ਅੱਜ ਕੰਮ ਪੂਰਾ ਕਰਨਾ ਹੈ ਜਗ੍ਹਾ ਰਹਿ ਗਈ ਜਗ੍ਹਾ ਰਹਿ ਗਈ ਜਗ੍ਹਾ ਰਹੀ ਗਲਾ ਪੈਣੀ ਹੈ ਗਲਾ ਪੈਣੀ ਚੱਲ 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 ਬਾਕੀ ਤਾਂ ਕਰਾਉਣ ਆਪਾਂ ਬਾਅਦ 'ਚ ਖਿਲਾਰ ਕੇ ਉਹ ਕਰ ਦੇਵਾਂਗੇ ਅਤੇ ਲਓ ਮੁੰਡੇ ਅੱਜ ਪਾਉਣੀ ਸੀ ਆਪਾਂ ਰੂੜੀ ਦੀ ਰੇਹ ਜਿਹੜੀ ਆਪਾਂ ਗੱਲ ਕਰਦੇ ਸੀ ਹੈ ਨਾ ਅਤੇ ਜੇ ਸਾਨੂੰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਦੱਸ ਦਿਓ ਅਤੇ ਆਹ ਹੁਣ ਸਾਰੇ ਬਾਅਦ 'ਚ ਪਾ ਕੇ ਹੌਲੀ ਹੌਲੀ ਅਤੇ ਉਸ ਤੋਂ ਆਪਾਂ ਖੰਡਾ ਦੇਣੀ ਅਤੇ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਚੈਨਲ ਸਬਸਕ੍ਰਾਈਬ ਕਰੋ ਟਰੈਕਟਰ ਦਾ ਲਿੰਕ ਤੁਹਾਨੂੰ ਮਿਲ ਜਾਣਾ ਵੀਡੀਓ ਦੇ ਵਿੱਚ ਬਾਏ ਟੇਕ ਕੇਅਰ ਜਾਂਦੇ ਬਾਅਦ ਰਹੋ ਬਾਈ